ਕੀ ਹੈ ਮਾਮਲਾ, ਕੀ ਇਸ ਪਾਸੇ ਪੜ੍ਹੇ? ਇਹਨਾਂ ਸਾਨੂੰ 20-25 ਦਿਨਾਂ ਤੋਂ ਕੰਪਲੇਂਟ ਸਾਰੀ ਸੀ, ਜਿਹੜੇ ਗਰੀਬ ਨੇ ਇਹ ਪ੍ਰਵਾਸੀ ਸਬਜ਼ੀ ਮੰਡੀ ਦਾ ਕੰਮ ਕਰਦੇ ਨੇ, ਸਬਜ਼ੀ ਦਾ ਇਹ ਆਪਣਾ ਇਹ ਜਿਹੜਾ ਵਿਅਕਤੀ ਅਸੀਂ ਗ੍ਰਿਫਤਾਰ ਕੀਤਾ ਰੂਬੀ, ਉਹਨਾਂ ਤੋਂ ਇਹ ਮੋਬਾਇਲ ਗੁੰਮ ਹੋਣ ਦਾ ਬਹਾਨਾ ਲਾ ਕੇ ਨਾ ਉਹਨਾਂ ਦੀ ਤਲਾਸੀ ਕਰਕੇ ਉਹਨਾਂ ਦੇ ਜੇਬ 'ਚੋਂ ਬਟੂਆ ਕੱਢ ਲੈਣਾ ਜਾਂ ਪੈਸੇ ਕੱਢ ਲੈਣੇ। ਕਈ ਦਿਨ ਤੋਂ ਸਾਡੇ ਕੋਲ ਕੰਪਲੇਂਟ ਆ ਰਹੀ ਸੀ, ਫਿਰ ਇਹਦੀ ਸ਼ਨਾਖਤ ਕਰਕੇ ਅਸੀਂ ਵਿਨੋਦ ਕੁਮਾਰ ਦੇ ਬਿਆਨਾਂ 'ਤੇ ਅਸੀਂ ਮੁਕੱਦਮਾ ਨੰਬਰ 143 ਅਤੇ 379 ਦਾ ਦਰਜ ਰਜਿਸਟਰ ਕਦਵਾਲੀ ਪਟਿਆਲੇ ਕਰਾਇਆ ਅਤੇ ਕੱਲ੍ਹ ਇਹਨੂੰ ਅਸੀਂ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਹਾਂ, ਜਿਹਦੇ ਤੋਂ ਪੁੱਛਗਿੱਛ ਜਾਰੀ ਆ ਅਤੇ ਹੋਰ ਕਾਫੀ ਵਾਰਦਾਤਾਂ ਦਾ। ਕਿੱਥੇ ਦਾ ਰਹਿਣ ਵਾਲਾ? ਇਹ ਸੂਤਵਟਾ ਮਹੱਲੇ ਦਾ ਰਹਿਣ ਵਾਲਾ, ਰੂਬੀ ਸਨ ਆਫ ਪਵਨ ਕੁਮਾਰ ਸ਼ਰਮਾ, ਵਾਸੀ ਸੂਤਵਟਾ ਮਹੱਲਾ ਪਟਿਆਲਾ। ਪਤਾ ਲੱਗਿਆ ਸਰ ਕਿੰਨੇ ਸਾਲ ਤੋਂ ਕਰ ਰਹੇ ਕੰਮ? ਕਿਹੜੇ ਟਾਈਮ ਹੁੰਦਾ ਸੀ? ਜਿਹਦੇ ਪਹਿਲਾਂ ਵੀ ਖੋਹ ਦੇ ਪਰਚੇ ਦਰਜ ਨੇ ਅਤੇ ਜਦੋਂ ਵੀ ਇਹਦਾ ਦਾਉ ਲੱਗਦਾ ਸੀ ਇਹ ਆਉਂਦੇ ਜਾਂਦੇ ਜਿਹੜੇ ਸਬਜ਼ੀ ਦਾ ਕੰਮ ਕਰਦੇ ਨੇ ਉਹਨਾਂ ਤੋਂ ਇਹ ਮੋਬਾਇਲ ਗੁੰਮ ਹੋਣ ਦੀ ਤਲਾਸੀ ਲੈ ਕੇ ਉਹਨਾਂ ਦਾ ਬਟੂਆ ਕੱਢ ਲੈਣਾ, ਉਹਨਾਂ ਦੇ ਪੈਸੇ ਇਹ ਖੋਹ ਕੇ ਦੌੜ ਜਾਂਦੇ ਸੀ। ਪਹਿਲਾਂ ਸਵੇਰੇ ਨਿਕਲਦਾ ਸੀ ਜੀ? ਪਹਿਲਾਂ ਵੀ ਖੋਹ ਦੇ ਪਰਚੇ ਦਰਜੇ ਅਤੇ ਜ਼ਿਆਦਾ ਸਵੇਰੇ ਨਿਕਲਦਾ ਸੀ? ਸ਼ਾਮੀ ਅਤੇ ਸਵੇਰੇ ਸ਼ਾਮੀ ਜਿਹੜੇ ਵੀ ਟਾਈਮ ਇਹਦਾ ਦੌਰ ਲੱਗਦਾ ਸੀ ਅਤੇ ਇਹ ਖੋਹ ਦੀ ਵਾਰਦਾਤ ਨੂੰ ਅੰਜਾਮ। ਇਹਦੇ ਪਰਚੇ ਕਿਤੇ ਕਿਤੇ ਦਰਜ ਹੈ ਜੀ? ਪਹਿਲਾਂ ਵੀ ਪਰਚੇ ਦਿੱਤੇ, ਇਹਦੇ ਕਾਫੀ ਪਰਚੇ ਦਰਜ ਨੇ ਕਤਵਾਲੀ ਪਟਿਆਲੇ, ਪਹਿਲਾਂ ਇੱਕ ਖੋਹ ਦਾ ਪਰਚਾ ਦਰਜ। ਖੋਹ ਤੋਂ ਇਲਾਵਾ ਕੋਈ ਹੋਰ ਕ੍ਰਿਮੀਨਲ ਕੇਸ ਵੀ ਹੈਗਾ ਜੀ? ਹੋਰ ਵੀ ਥਾਂ ਅਸੀਂ ਪੜਤਾਲ ਕਰ ਰਹੇ ਹਾਂ, ਹੋਰ ਵੀ ਗੱਲ ਸਾਹਮਣੇ ਆਵੇ। ਇਕੱਲਾ ਹੀ ਸੀ ਜੀ ਜਦ ਮੌਕੇ ਤੋਂ ਗ੍ਰਿਫਤਾਰ ਕੀਤਾ? ਹਾਂ, ਇਹਦੇ ਸਾਥੀਆਂ ਬਾਰੇ ਅੱਜ ਰਿਮਾਂਡ ਲੈ ਕੇ ਅੱਗੇ ਇਹਦੇ ਸਾਥੀਆਂ ਬਾਰੇ ਪਤਾ ਕੀਤਾ।